ਸਤਿ ਸ੍ਰੀ ਅਕਾਲ ਜੀ ਮੈਂ ਕਰਨ ਹੰਡਾ ਤੁਸੀਂ ਦੇਖ ਰਹੇ ਹੋ ਲਿਬਰਲ ਟੀਵੀ ਪੰਜਾਬੀ ਲੋਕਾਂ ਦੀ ਆਵਾਜ਼ ਲੋਕਾਂ ਲਈ ਕਿਸਾਨੀ ਸੰਘਰਸ਼ ਨੂੰ ਲੈ ਕੇ ਭਾਰਤ ਦੇ ਵਿੱਚ ਸਿਆਸਤ ਗਰਮਾ ਚੁੱਕੀ ਹੈ ਤਾਜ਼ਾ ਮਾਮਲੇ ਦੇ ਵਿੱਚ ਬੀਜੇਪੀ ਨੇਤਾ ਤਰਨ ਚੁੱਗ ਨੇ ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਉੱਤੇ ਟਿੱਪਣੀ ਕਰਦੇ ਆਖਿਆ ਕਿ ਕੈਪਟਨ ਨੇ ਆਪਣੇ ਫੌਜੀ ਪਛੋਕੜ ਦੀ ਵੀ ਮਾਨ ਨਹੀਂ ਰੱਖਿਆ ਅਤੇ ਉਹ ਅੱਜ ਉਹਨਾਂ ਲੋਕਾਂ ਦੇ ਨਾਲ ਖੜੇ ਨੇ ਜਿਨ੍ਹਾਂ ਨੇ 26 ਤਰੀਕ ਨੂੰ ਦਿੱਲੀ ਦੇ ਵਿੱਚ ਹਿੰਸਾ ਕੀਤੀ ਅਤੇ ਤਿਰੰਗੇ ਦੇ ਮਾਨ ਨੂੰ ਠੇਸ ਪਹੁੰਚਾਈ ਇਸ ਦੇ ਉੱਪਰ ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਦਿੰਦੇ ਆਖਿਆ ਕਿ ਭਾਜਪਾ ਨੇਤਾਵਾਂ ਨੂੰ ਕੋਈ ਹੱਕ ਨਹੀਂ ਕਿ ਉਹ ਦੇਸ਼ ਦੀ ਸ਼ਾਨ ਦੇ ਬਾਰੇ ਤਿਰੰਗੇ ਦੀ ਸ਼ਾਨ ਦੇ ਬਾਰੇ ਕੋਈ ਗੱਲ ਕਰ ਸਕਣ ਉਹਨਾਂ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਪਿਛਲੇ 7 ਸਾਲਾਂ ਦੇ ਵਿੱਚ ਸੋਚੀ ਸਮਝੀ ਸਾਜ਼ਿਸ਼ ਦੇ ਤੌਰ ਤੇ ਭਾਰਤ ਦੇ ਸੰਵਿਧਾਨ ਨੂੰ ਤਾਰਪੀਡੋ ਕੀਤਾ ਹੈ ਇਸ ਤੋਂ ਬਾਅਦ ਉਹਨਾਂ ਨੇ ਬਿਆਨ ਦਿੰਦੇ ਆਖਿਆ ਕਿ ਉਹ ਪੰਜਾਬ ਹੀ ਆ ਜਿਸ ਦੇ ਹਰ ਘਰ ਦੇ ਵਿੱਚ ਹਰ ਦੂਜੇ ਦਿਨ ਇੱਕ ਪੁੱਤ ਦੀ ਦੇਹ ਤਿਰੰਗੇ ਦੇ ਵਿੱਚ ਲਿਪਟੀ ਹੋਈ ਆਉਂਦੀ ਆ ਜੋ ਕਿ ਬਾਰਡਰਾਂ ਦੇ ਉੱਪਰ ਦੇਸ਼ ਦੀ ਰੱਖਿਆ ਵਾਸਤੇ ਖੜਾ ਹੈ ਇਸ ਦੇ ਉਪਰਾੰਤ ਹੁਣ ਦੇਖਣ ਲਾਇਕ ਹੋਵੇਗਾ ਕਿ ਭਾਜਪਾ ਨੇਤਾਵਾਂ ਦੀ ਕੈਪਟਨ ਦੇ ਬਿਆਨ ਉੱਪਰ ਕੀ ਪ੍ਰਤੀਕਿਰਿਆ ਆਉਂਦੀ ਹੈ